এই আকাশবাণী। ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਵਿਚ 17,000 ਕਰੋੜ ਰੁਪਏ ਦੀ ਲਾਗਤ ਵਾਲੇ ਰਾਸ਼ਟਰੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਨੇ ਤੇ ਦੇਸ਼ ਨੂੰ ਸਮਰਪਿਤ ਕੀਤੇ ਨੇ। ਪ੍ਰਧਾਨ ਮੰਤਰੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਿਡਾਰੀਆਂ ਨੂੰ ਮਿਆਰੀ ਖੇਡ ਸਹੂਲਤਾਂ ਮੁਹੱਈਆ ਕਰਾਉਣ ਲਈ ਮਿਲ ਕੇ ਕੰਮ ਕਰਨ। ਸੁਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਤਿਆਰੀਆਂ ਦੇ ਹਿੱਸੇ ਵਜੋਂ ਦੋ ਭਾਰਤੀ ਹਵਾਈ ਫੌਜ ਦੇ ਹਵਾਈ ਜਹਾਜ਼ ਜਿਦਾ ਵਿਚ ਤਿਆਰ ਖੜੇ ਨੇ। ਤੇ IPL ਕ੍ਰਿਕਟ ਵਿਚ ਅੱਜ ਸ਼ਾਮੀ 7:30 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਖੇ ਹੈਦਰਾਬਾਦ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਤੇ ਕੇਰਲ ਦੇ ਦੌਰੇ ਤੇ ਨੇ। ਮੱਧ ਪ੍ਰਦੇਸ਼ ਦੇ ਰੀਵਾ ਵਿਚ ਸ੍ਰੀ ਮੋਦੀ ਨੇ ਰਾਸ਼ਟਰੀ ਪੰਚਾਇਤ ਰਾਜ ਦਿਵਸ ਮਨਾਉਣ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਲਗਭਗ 17,000 ਕਰੋੜ ਰੁਪਏ ਦੇ ਰਾਸ਼ਟਰੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਉਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਪੂਰੇ ਦੇਸ਼ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਤੇ ਪੰਚਾਇਤ ਰਾਜ ਸੰਸਥਾਵਾਂ ਨੂੰ ਸੰਬੋਧਨ ਵੀ ਕੀਤਾ। ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਪੰਚਾਇਤ ਪੱਧਰ ਤੇ ਸਰਕਾਰੀ ਖਰੀਦ ਲਈ ਸੰਗਠਿਤ ਈ ਗ੍ਰਾਮ ਸਵਰਾਜ ਅਤੇ ਗੌਰਮੈਂਟ ਈ ਮਾਰਕੀਟ ਪਲੇਸ ਜੈਮ ਪੋਰਟਲ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਭਪਾਤਰਾਂ ਨੂੰ ਲਗਭਗ 35 ਲੱਖ ਸਵਾਮਿਤਵਾ ਪ੍ਰਾਪਰਟੀ ਕਾਰਡ ਸੌਂਪੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ 4,11,000 ਲਾਭਪਾਤਰਾਂ ਦੇ ਗ੍ਰਹਿ ਪ੍ਰਵੇਸ਼ ਮੌਕੇ ਪ੍ਰੋਗਰਾਮ ਵਿਚ ਵਰਚੁਅਲ ਤੌਰ ਤੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਲਗਭਗ 2,300 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ ਨੇ ਤੇ ਉਦਘਾਟਨ ਵੀ ਕੀਤਾ। ਉਨ੍ਹਾਂ ਨੇ 7,853 ਕਰੋੜ ਰੁਪਏ ਦੀ ਲਾਗਤ ਵਾਲੇ ਜਲ ਜੀਵਨ ਮਿਸ਼ਨ ਦੇ 5 ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਸ਼ਾਮ ਨੂੰ ਪ੍ਰਧਾਨ ਮੰਤਰੀ ਕੇਰਲ ਦੇ ਕੋਚੀ ਪਹੁੰਚਣਗੇ ਤੇ ਥਿਵਾਰਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਏ ਜਾਣ ਵਾਲੇ ਯੁਵਮ 2023 ਸੰਮੇਲਨ ਨੂੰ ਸੰਬੋਧਨ ਕਰਨਗੇ। ਉਹ ਹਵਾਈ ਅੱਡੇ ਤੋਂ ਸੰਮੇਲਨ ਵਾਲੇ ਸਥਾਨ ਤੱਕ ਇਕ ਰੋਡ ਸ਼ੋਅ ਵਿਚ ਹਿੱਸਾ ਲੈ ਕੇ ਪਹੁੰਚਣਗੇ। ਪ੍ਰਧਾਨ ਮੰਤਰੀ ਜੋ ਕਿ ਉਥੇ ਰਾਤ ਰੁਕਣਗੇ ਵੱਲੋਂ ਅੱਜ ਸ਼ਾਮੀ ਈਸਾਈ ਭਾਈਚਾਰੇ ਦੇ ਨੇਤਾਵਾਂ ਨਾਲ ਵੀ ਮਿਲਣ ਦਾ ਪ੍ਰੋਗਰਾਮ ਹੈ। ਕੱਲ ਪ੍ਰਧਾਨ ਮੰਤਰੀ ਮੋਦੀ ਰਾਜ ਦੀ ਰਾਜਧਾਨੀ ਤਿਰੁਵਨੰਤਪੁਰਮ ਲਈ ਰਵਾਨਾ ਹੋਣਗੇ, ਜਿੱਥੇ ਉਹ ਸੈਂਟਰਲ ਰੇਲਵੇ ਸਟੇਸ਼ਨ ਵਿਖੇ ਤਿਰੁਵਨੰਤਪੁਰਮ ਕਸਾਰਗੌੜ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨਗੇ। ਬਾਅਦ ਵਿਚ ਸੈਂਟਰਲ ਸਟੇਡੀਅਮ ਵਿਖੇ ਇਕ ਜਨਤਕ ਸਮਾਰੋਹ ਵਿਖੇ ਪ੍ਰਧਾਨ ਮੰਤਰੀ ਦੇਸ਼ ਦੇ ਪਹਿਲੇ ਵਾਟਰ ਮੈਟਰੋ ਪ੍ਰੋਜੈਕਟ ਦਾ ਕੋਚੀ ਵਾਟਰ ਮੈਟਰੋ ਦੇਸ਼ ਨੂੰ ਸਮਰਪਿਤ ਕਰਨਗੇ। 1,337 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਕੋਚੀ ਸ਼ਹਿਰ ਦੇ ਆਲੇ ਦੁਆਲੇ ਦੇ ਟਾਪੂਆਂ ਨੂੰ ਜੋੜਨ ਵਾਲਾ ਚੁਗਿਰਦਾ ਪੱਖੀ ਆਧੁਨਿਕ ਪ੍ਰੋਜੈਕਟ ਹੈ। ਸ੍ਰੀ ਮੋਦੀ ਇਸ ਮੌਕੇ ਤੇ ਸਾਇੰਸ ਪਾਰਕ ਲਈ ਨੀਂਹ ਪੱਥਰ ਰੱਖਣਗੇ ਤੇ ਬਹੁਤ ਸਾਰੇ ਰੇਲਵੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਵਧੀਆ ਖੇਡ ਪ੍ਰਦਰਸ਼ਨ ਲਈ ਭਾਰਤ ਦੇ ਉੱਤਰ ਪੂਰਬੀ ਖੇਤਰ ਦੇ ਅਥਲੀਟਾਂ ਦੀ ਤਾਰੀਫ਼ ਕੀਤੀ ਹੈ। ਮਣੀਪੁਰ ਵਿਚ ਚਿੰਤਨ ਸ਼ਿਵਰ ਵਿਚ ਖੇਡ ਮੰਤਰੀਆਂ ਨੂੰ ਆਪਣੇ ਵਰਚੁਅਲ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਦੇਸ਼ ਦੀ ਖੇਡਾਂ ਦੀ ਰਵਾਇਤ ਨੂੰ ਅੱਗੇ ਤੋਰਨ ਲਈ ਉੱਤਰ ਪੂਰਬ ਵੱਲੋਂ ਨਿਭਾਈ ਅਹਿਮ ਭੂਮਿਕਾ ਲਈ ਇਸ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਹੁਨਰਮੰਦ ਅਥਲੀਟਾਂ ਦੀ ਹਮਾਇਤ ਅਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਸਫਲਤਾ ਯਕੀਨੀ ਬਣਾਉਣ ਲਈ ਦੇਸ਼ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਵਿਸਤਾਰ ਦੀ ਲੋੜ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਖਿਡਾਰੀਆਂ ਨੂੰ ਮਿਆਰੀ ਖੇਡ ਸਹੂਲਤਾਂ ਮੁਹੱਈਆ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਪਿਛਲੇ ਸਾਲਾਂ ਵਿਚ ਭਾਰਤ ਨੇ ਬਹੁਤ ਸਾਰੀਆਂ ਅੰਤਰਰਾਸ਼ਟਰੀ ਖੇਡਾਂ ਵਿਚ ਆਪਣੇ ਅਥਲੀਟਾਂ ਦਾ ਕਮਾਲ ਦਾ ਖੇਡ ਪ੍ਰਦਰਸ਼ਨ ਵੇਖਿਆ ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਸੂਚਨਾ ਤੇ ਪ੍ਰਸਾਰਣ ਤੇ ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕਰ ਨੇ ਇੰਫਾਲ ਵਿਚ ਰਾਜਾਂ ਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ ਤੋਂ ਖੇਡ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਆਪਣੇ ਸੰਬੋਧਨ ਵਿਚ ਨੌਜਵਾਨ ਮਾਮਲਿਆਂ ਤੇ ਖੇਡਾਂ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕਰ ਨੇ ਕਿਹਾ ਕਿ ਦੇਸ਼ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਰਾਜਾਂ ਤੇ ਵੱਖ ਵੱਖ ਹਿੱਸੇਦਾਰਾਂ ਦਰਮਿਆਨ ਸਹਿਯੋਗ ਜ਼ਰੂਰੀ ਸਮਝਦਾ। ਕੇਂਦਰੀ ਮੰਤਰੀ ਨੇ ਖੇਡਾਂ ਦੇ ਖੇਤਰ ਵਿਚ ਮਣੀਪੁਰ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਵੀ ਸ਼ਲਾਘਾ ਕੀਤੀ। ਸ੍ਰੀ ਅਨੁਰਾਗ ਠਾਕਰ ਨੇ ਕਿਹਾ ਕਿ ਖੇਲੋ ਇੰਡੀਆ ਅਭਿਆਨ ਤਹਿਤ ਸਰਕਾਰ ਦੇਸ਼ ਦੇ ਕੋਨੇ ਕੋਨੇ ਵਿਚ ਖੇਡਾਂ ਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਣੀਪੁਰ ਦੇ ਮੁੱਖ ਮੰਤਰੀ ਬਿਰੇਨ ਸਿੰਘ ਨੇ ਵੀ ਉਦਘਾਟਨੀ ਸਮਾਰੋਹ ਵਿਚ ਹਿੱਸਾ ਲਿਆ।
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਪਾਰਲੀਮੈਂਟ ਮੈਂਬਰ ਮਹਾਰਾਜਾ ਸੰਗਜੋਬਾ ਲਿਸ਼ਾਂਬਾ ਵੱਲੋਂ ਤਪਦਿਕ ਮੁਕਤ ਭਾਰਤ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਰਾਜ ਸਭਾ ਦੇ ਐਮਪੀ ਵੱਲੋਂ ਇਕ ਟਵੀਟ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿਚ ਭਾਰਤ ਨੂੰ ਤਪਦਿਕ ਮੁਕਤ ਬਣਾਉਣ ਵੱਲ ਕਾਫ਼ੀ ਜਾਗਰੂਕਤਾ ਫੈਲ ਰਹੀ ਹੈ ਅਤੇ ਕਈ ਲੋਕ ਟੀਬੀ ਮਰੀਜ਼ਾਂ ਨੂੰ ਅਪਣਾ ਵੀ ਰਹੇ ਨੇ। ਸ੍ਰੀ ਮੋਦੀ ਨੇ ਜਬਲਪੁਰ ਦੇ ਪ੍ਰਾਚੀਨ ਸੰਗਰਾਮ ਸਾਗਰ ਦੀ ਮੁੜ ਸੁਰਜੀਤੀ ਵੱਲ ਲੋਕਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ਉਨੂਾ ਕਿਹਾ ਕਿ ਜਬਲਪੁਰ ਦੇ ਪ੍ਰਾਚੀਨ ਸੰਗਰਾਮ ਸਾਗਰ ਦੀ ਮੁੜ ਸੁਰਜੀਤੀ ਲਈ ਲੋਕਾਂ ਵੱਲੋਂ ਕੀਤਾ ਸ਼ਰਮਦਾਨ ਬੇਹੱਦ ਸ਼ਲਾਘਾਯੋਗ ਹੈ। ਉਹ ਜਬਲਪੁਰ ਦੇ ਐਮਪੀ ਰਾਕੇਸ਼ ਸਿੰਘ ਦੇ ਟਵੀਟਸ ਦਾ ਜਵਾਬ ਦੇ ਰਹੇ ਸਨ। ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਕੁਰੂਕਸ਼ੇਤਰ ਦੇ ਬਾਨ ਪਿੰਡ ਦੇ ਵਸਨੀਕ ਅੰਕੁਰ ਵੱਲੋਂ ਪਾਣੀ ਦੀ ਸੰਭਾਲ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਹ ਕੁਰੂਕਸ਼ੇਤਰ ਦੇ ਐਮਪੀ ਨਯਾਬ ਸੈਣੀ ਦੇ ਇਕ ਟਵੀਟ ਦਾ ਜਵਾਬ ਦੇ ਰਹੇ ਸਨ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੱਲ੍ਹ ਸ਼ਾਮ ਗੁਆਨਾ ਵਿਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ। ਸ੍ਰੀ ਜੈਸ਼ੰਕਰ ਨੇ ਗੁਆਨਾ ਦੇ ਉਪ ਰਾਸ਼ਟਰਪਤੀ ਭਾਰਤ ਜਗਦਿਓ ਅਤੇ ਸਪੀਕਰ ਮਨਜ਼ੂਰ ਨਾਜ਼ਰ ਨਾਲ ਸਮਾਰੋਹ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਉਨੂਾ ਨੇ ਭਾਰਤ ਗੁਆਨਾ ਮਿੱਤਰਤਾ ਰੁੱਖ ਵੀ ਲਾਇਆ ਅਤੇ ਜਾਰਜਟਾਊਨ ਵਿਚ ਮਹਾਤਮਾ ਗਾਂਧੀ ਦੀ ਯਾਦਗਾਰ ਤੇ ਸ਼ਰਧਾਂਜਲੀ ਭੇਂਟ ਕੀਤੀ। ਵਿਦੇਸ਼ ਮੰਤਰੀ ਚਾਰ ਕੇਂਦਰੀ ਤੇ ਦੱਖਣ ਅਮਰੀਕੀ ਦੇਸ਼ਾਂ ਤੋਂ ਦੇ ਦੌਰੇ ਤੇ ਨੇ। ਅੱਜ ਤੋਂ ਸ੍ਰੀ ਜੈਸ਼ੰਕਰ ਪਨਾਮਾ ਦੇ ਦੋ ਦਿਨਾਂ ਦੌਰੇ ਤੇ ਜਾਣਗੇ, ਜਿੱਥੇ ਉਹ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਸ੍ਰੀ ਜੈਸ਼ੰਕਰ ਭਲਕੇ ਕੋਲੰਬੀਆ ਪਹੁੰਚਣਗੇ, ਜੋ ਕਿ ਦੇਸ਼ ਦੇ ਵਿਦੇਸ਼ ਮੰਤਰੀ ਪੱਧਰ ਦਾ ਇਹ ਪਹਿਲਾ ਦੌਰਾ ਹੋਏਗਾ। ਚਾਰ ਦੇਸ਼ਾਂ ਦੇ ਦੌਰੇ ਦੇ ਆਪਣੇ ਆਖਰੀ ਪੜਾਅ ਵਿਚ ਵਿਦੇਸ਼ ਮੰਤਰੀ 27 ਤੋਂ 29 ਅਪ੍ਰੈਲ ਤੱਕ ਡੋਮਿਨਿਕਨ ਗਣਰਾਜ ਦਾ ਦੌਰਾ ਕਰਨਗੇ। ਇਹ 1999 ਵਿਚ ਸਵਾਰਥੀ ਸਬੰਧ ਕਾਇਮ ਹੋਣ ਤੋਂ ਬਾਅਦ ਭਾਰਤ ਤੋਂ ਸਰਵ ਉੱਚ ਪੱਧਰ ਦਾ ਪਹਿਲਾ ਦੌਰਾ ਹੋਏਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੁਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਤਿਆਰੀਆਂ ਦੇ ਹਿੱਸੇ ਵਜੋਂ ਭਾਰਤੀ ਹਵਾਈ ਫੌਜ ਦੇ ਦੋ ਹਵਾਈ ਜਹਾਜ਼ C-130J ਜਿਦਾ ਵਿਚ ਤਿਆਰ ਖੜੇ ਨੇ। ਮੰਤਰਾਲੇ ਨੇ ਕਿਹਾ ਕਿ INS ਸੁਮੇਧਾ ਵੀ ਸੁਡਾਨ ਬੰਦਰਗਾਹ ਪਹੁੰਚ ਗਿਆ। ਇਸ ਨੇ ਇਹ ਵੀ ਕਿਹਾ ਕਿ ਬਚਾਅ ਦਲਾਂ ਦੀ ਯੋਜਨਾ ਤੈਅ ਪਰ ਜ਼ਮੀਨ ਤੇ ਕੋਈ ਵੀ ਕਾਰਵਾਈ ਕਰਨਾ ਸੁਰੱਖਿਅਤ ਸਥਿਤੀ ਤੇ ਨਿਰਭਰ ਕਰੇਗਾ, ਜੋ ਕਿ ਖਾਰਤੂਮ ਵਿਚਲੀਆਂ ਵੱਖ ਵੱਖ ਥਾਵਾਂ ਤੇ ਜ਼ਬਰਦਸਤ ਲੜਾਈ ਦੀਆਂ ਖ਼ਬਰਾਂ ਨਾਲ ਲਗਾਤਾਰ ਬਦਲ ਰਹੀ ਏ। ਸੁਡਾਨ ਦਾ ਹਵਾ ਮੰਡਲ ਇਸ ਸਮੇਂ ਸਾਰੇ ਵਿਦੇਸ਼ੀ ਹਵਾਈ ਜਹਾਜ਼ਾਂ ਲਈ ਬੰਦ ਰਖਿਆ ਗਿਐ। ਸਰਕਾਰ ਸੁਡਾਨ ਵਿਚ ਫਸੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਏ ਅਤੇ ਉਥੇ ਮੁਸ਼ਕਲ ਤੇ ਬਦਲ ਰਹੀ ਸੁਰੱਖਿਆ ਹਾਲਤ ਤੇ ਨੇੜੇ ਨਾਲ ਨਜ਼ਰ ਰੱਖ ਰਹੀ ਏ। ਵਿਦੇਸ਼ ਮੰਤਰਾਲਾ ਭਾਰਤੀਆਂ ਦੀ ਸਫਲ ਦੇਸ਼ ਵਾਸੀ ਲਈ ਵੱਖ ਵੱਖ ਭਾਈਵਾਲਾਂ ਨਾਲ ਨੇੜਿਓਂ ਸਹਿਯੋਗ ਕਰ ਰਿਹਾ। ਸੁਡਾਨੀ ਪ੍ਰਸ਼ਾਸਨ ਤੋਂ ਇਲਾਵਾ ਮੰਤਰਾਲੇ ਨੇ ਸੁਡਾਨ ਚ ਭਾਰਤੀ ਸਵਾਰਥਕਾਂ ਨੇ ਸੰਯੁਕਤ ਰਾਸ਼ਟਰ, ਸਾਊਦੀ ਅਰਬ, UAE, ਮਿਸਰ ਤੇ ਅਮਰੀਕਾ ਦੇ ਨਾਲ ਨਾਲ ਹੋਰ ਦੇਸ਼ਾਂ ਦੇ ਨਾਲ ਵੀ ਲਗਾਤਾਰ ਸੰਪਰਕ ਸਾਂਝਾ ਹੋਇਆ ਏ। IPL ਕ੍ਰਿਕਟ ਵਿਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਖੇ ਸ਼ਾਮੀ 7:30 ਵਜੇ ਹੈਦਰਾਬਾਦ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ। ਬੀਤੀ ਰਾਤ ਚੇਨਈ ਸੁਪਰ ਕਿੰਗਜ਼ ਨੇ ਈਡਨ ਗਾਰਡਨ ਵਿਖੇ ਕੋਲਕਾਤਾ ਨਾਈਟ ਰਾਈਡਰਸ ਨੂੰ 49 ਨਾਲ ਹਰਾਇਆ। ਚੇਨਈ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਸ਼ਚਿਤ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਤੇ 235 ਦੌੜਾਂ ਬਣਾਈਆਂ। ਜਵਾਬ ਵਿਚ ਮੇਜ਼ਬਾਨ ਟੀਮ 8 ਵਿਕਟਾਂ ਦੇ ਨੁਕਸਾਨ ਤੇ 186 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਚੇਨਈ ਦੀ ਟੀਮ 10 ਅੰਕਾਂ ਨਾਲ ਚੋਟੀ ਤੇ ਪਹੁੰਚ ਗਈ ਹੈ। ਕੱਲ੍ਹ ਇਕ ਹੋਰ ਮੈਚ ਵਿਚ ਰਾਇਲ ਚੈਲੇਂਜਰਸ ਬੰਗਲੌਰ ਨੇ ਬੰਗਲੁਰੂ ਦੇ ਐਮ ਚਿਨਾ ਸਵਾਮੀ ਸਟੇਡੀਅਮ ਵਿਚ ਰਾਜਸਥਾਨ ਰਾਇਲਸ ਨੂੰ 7 ਦੌੜਾਂ ਨਾਲ ਹਰਾਇਆ। ਆਖਰ ਵਿਚ ਖਾਸ ਖਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਵਿਚ 17,000 ਕਰੋੜ ਰੁਪਏ ਦੀ ਲਾਗਤ ਵਾਲੇ ਰਾਸ਼ਟਰੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਨੇ ਅਤੇ ਦੇਸ਼ ਨੂੰ ਸਮਰਪਿਤ ਕੀਤੇ ਨੇ। ਪ੍ਰਧਾਨ ਮੰਤਰੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਏ ਕਿ ਉਹ ਖਿਡਾਰੀਆਂ ਨੂੰ ਮਿਆਰੀ ਖੇਡ ਸਹੂਲਤਾਂ ਮੁਹੱਈਆ ਕਰਾਉਣ ਲਈ ਮਿਲ ਕੇ ਕੰਮ ਕਰਨ। ਸੁਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਤਿਆਰੀਆਂ ਦੇ ਹਿੱਸੇ ਵਜੋਂ 2 ਭਾਰਤੀ ਹਵਾਈ ਫੌਜ ਦੇ ਹਵਾਈ ਜਹਾਜ਼ ਜਿੱਦਾ ਵਿਚ 4 ਖੜੇ ਨੇ ਅਤੇ IPL ਕ੍ਰਿਕਟ ਵਿਚ ਅੱਜ ਸ਼ਾਮੀ 7:30 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਖੇ ਹੈਦਰਾਬਾਦ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਇਸ ਦੇ ਨਾਲ ਹੀ ਆਕਾਸ਼ਵਾਣੀ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦੈ।